ਪ੍ਰੋਬਲਮ ਮੰਡੀ ਦੇ ਵਿੱਚ ਲਿਫਟਿੰਗ ਜਿਹੜੀ ਉਸੇ ਦੀ ਘਾਟ ਆ, ਬਾਕੀ ਪੰਜਾਬ ਦੀ ਏਜੰਸੀਆਂ ਨੇ ਪਰਚੇਜ ਵੀ ਠੀਕ ਕੀਤੀ, ਬਾਰਦਾਨਾ ਵੀ ਠੀਕ ਆ, ਪੇਮੈਂਟ ਵੀ ਚਲੋ ਫਿਲਹਾਲ ਇੱਕ ਅੱਧੀ ਏਜੰਸੀ ਦੀ ਆਈ, ਮੇਰੇ ਖਿਆਲ ਇੱਕ ਅੱਧੇ ਦਿਨ 'ਚ ਬੈਂਕ ਛੁੱਟੀਆਂ ਆ ਜੂਗੀ। ਅਸਲੀ ਗੱਲ ਇਹ ਵੀ ਸਾਡੇ ਪ੍ਰਸ਼ਾਸਨ ਵੱਲੋਂ ਜਿਹੜਾ ਟੈਂਡਰ ਕਾਰਡ ਨੂੰ ਟੈਂਡਰ ਦਿੱਤੇ ਗਏ ਆ ਉਹਦਾ ਰੈਪੂਟੇਸ਼ਨ ਬਹੁਤ ਮਾੜਾ, ਕਿਉਂਕਿ ਉਹ ਪਹਿਲਾਂ ਹੀ ਸਾਡੀ ਮੰਡੀ ਦਾ 25-30 ਲੱਖ ਦਾ ਡਿਫਾਲਟਰ ਆ। ਉਹ ਡਿਫਾਲਟਰ ਹੋਣ ਕਰਕੇ ਪਿਛਲੀ ਵਾਰੀ ਵੀ ਜਿਹਦੇ ਕੋਲ ਟੈਂਡਰ ਸੀ, ਚਲੋ ਉਹਨੇ ਕਿਰਾਇਆ ਤਾਂ ਦੇ ਦਿੱਤਾ, ਕਿਰਾਇਆ ਨਹੀਂ ਕਿਸੇ ਦਾ ਦੇਣਾ, ਪਰ ਮਾਲ ਜਿਹੜਾ ਆੜ੍ਹਤੀਆਂ ਨੇ ਢੋਇਆ ਸੀ, ਉਹ ਆੜ੍ਹਤੀਆਂ ਢੋਣ ਕਰਕੇ ਮਾਲ ਢੁੱਕ ਗਿਆ। ਇਸ ਵਾਰ ਉਸ ਜਿਹੜਾ ਟੈਂਡਰ ਕਾਰਡ ਆ ਉਹਦਾ ਰੈਪੂਟੇਸ਼ਨ ਖਰਾਬ ਹੋਣ ਕਰਕੇ ਆੜ੍ਹਤੀਆਂ ਨੇ ਮਾਲ ਨਹੀਂ ਢੋਣਾ ਕਿਸੇ ਨੇ, ਉਹ ਟੈਂਡਰ ਕਾਰਡ ਨੂੰ ਆਪ ਢੋਣਾ, ਉਹਨੂੰ ਉਸ ਰੇਟ 'ਤੇ ਉਹਨੇ ਗੱਡੀਆਂ ਵਾਲਿਆਂ ਦੇ ਵੀ ਪੈਸੇ ਦੇਣੇ ਆ, ਉਹਨਾਂ ਨੂੰ ਕੋਈ ਗੱਡੀਆਂ ਟਰਾਂਸਪੋਰਟ ਕੋਈ ਆਪਣੀ ਗੱਡੀ ਨਹੀਂ ਗੀ, ਉਹਨੂੰ ਕੋਈ ਗੱਡੀ ਨਹੀਂ ਮਿਲ ਰਹੀ, 10 ਲੱਖ ਬੋਰੀ ਦੇ ਅੰਦਰ ਅੰਦਰ 8 ਤੋਂ 8.5-9 ਲੱਖ ਦੀ ਪਰਚੇਜ ਹੋ ਚੁੱਕੀ ਆ, ਅੱਜ ਤੱਕ ਇੱਕ ਵੀ ਬੋਰੀ ਲਿਫਟਿੰਗ ਨਹੀਂ ਹੋਈ। ਸੋ ਅਸੀਂ ਮੰਗ ਕਰਦੇ ਹਾਂ ਵੀ ਇਹਦੀ ਲਿਫਟਿੰਗ ਦਾ ਹੱਲ ਕੀਤਾ ਜਾਵੇ, ਟੈਂਡਰ ਉਹਦਾ ਕੈਂਸਲ ਕਰਕੇ ਨਵੇਂ ਸਿਰੇ ਤੋਂ ਕਿਸੇ ਚੰਗੇ ਟੈਂਡਰ ਕਾਰਡ ਨੂੰ ਦਿੱਤਾ ਜਾਵੇ, ਜਿਹੜੇ ਕੋਲ ਗੱਡੀਆਂ ਦਾ ਪ੍ਰਬੰਧ ਹੋਵੇ। ਸਰਕਾਰ ਦੀਆਂ ਪੂਰੀਆਂ ਹਦਾਇਤਾਂ ਨਾਲ, ਸਰਕਾਰ ਦੀ ਪੋਲਿਸੀ ਦੇ ਹਿਸਾਬ ਨਾਲ ਸਾਨੂੰ ਟੈਂਡਰ ਅਲਾਟ ਹੋਇਆ ਵਾ ਜੀ। ਅਸੀਂ ਸਾਰੀਆਂ ਕੰਡੀਸ਼ਨਾਂ ਪੂਰੀਆਂ ਕੀਤੀਆਂ, ਉਸ ਹਿਸਾਬ ਨਾਲ ਸਾਨੂੰ ਟੈਂਡਰ ਦਿੱਤਾ ਗਿਆ ਵਾ ਜੀ। ਜਿਹੜੀ ਦੂਸਰੀ ਨਾ ਲੋਡਿੰਗ ਦੀ ਗੱਲ ਵਾ ਜੀ, ਲੋਡਿੰਗ ਲਈ ਸਾਡੇ ਕੋਲ ਮੁਕੰਮਲ ਪ੍ਰਬੰਧ ਹੈਗੇ ਆ, ਗੱਡੀਆਂ ਸਾਡੇ ਕੋਲ ਹੈਗੀਆਂ ਵਾ। ਤੁਸੀਂ ਅੱਜ ਮੰਡੀ ਆਏ ਜੇ, ਤੁਸੀਂ ਵੇਖਦੇ ਵੀ ਪਏ ਜੇ ਕਿ ਬਾਹਰ ਗੱਡੀਆਂ ਖਲੋਤੀਆਂ ਵਾ। ਪਿਛਲੇ ਕੁਛ ਦਿਨਾਂ ਤੋਂ ਵਿੱਚ ਕੁਛ ਪ੍ਰੋਪੋਗੰਡਾ ਹੋਇਆ ਇੱਥੇ ਕਿ ਗੱਡੀਆਂ ਅਸੀਂ ਅੰਦਰ ਨਹੀਂ ਵੜਨ ਦੇਣੀਆਂ, ਅਸੀਂ ਗੱਡੀਆਂ ਲੋਡ ਨਹੀਂ ਕਰਨ ਦੇਣੀਆਂ, ਜੋ ਪ੍ਰਸ਼ਾਸਨ ਦੀ ਨੌਲੇਜ ਦੇ ਵਿੱਚ ਹੈਗਾ। ਅੱਜ ਪ੍ਰਸ਼ਾਸਨ ਵੱਲੋਂ ਸਾਨੂੰ ਸਹਿਮਤੀ ਮਿਲੀ ਆ, ਅਸੀਂ ਅੱਜ ਗੱਡੀਆਂ ਅੰਦਰ ਵਾੜਦੇ ਪਏ ਹਾਂ। ਕੁਛ ਲੋਕਲ ਬੰਦੇ ਜਿਹੜੇ ਹੈਗੇ ਆ ਉਹ ਸਾਨੂੰ ਨਜਾਇਜ਼ ਤੌਰ 'ਤੇ ਤੰਗ ਪਰੇਸ਼ਾਨ ਕਰਦੇ ਪਏ ਆ ਕਿ ਜਿਹੜਾ ਇਹਨਾਂ ਦਾ ਕੰਮ ਨਾ ਚੱਲ ਸਕੇ ਜੀ। ਸਰ, ਜਿੰਨੀ ਮੰਡੀ ਨੂੰ ਗੱਡੀਆਂ ਚਾਹੀਦੀਆਂ ਵਾ ਜੀ, ਉਸ ਹਿਸਾਬ ਨਾਲ ਸਾਡੇ ਕੋਲ ਪੂਰੇ ਪ੍ਰਬੰਧ ਹੈਗੇ ਆ। ਸਰ, ਲਿਫਟਿੰਗ ਅੱਜ ਖੋਲ੍ਹਣ ਜੀ, ਅੱਜ ਮੈਂ ਗੱਡੀਆਂ ਤਕਰੀਬਨ 20 ਗੱਡੀਆਂ ਵਾੜਦਾ ਪਿਆ ਜੀ। ਮੰਡੀ ਦੇ ਵਿੱਚ ਸਟਾਰਟਅਪ ਹੈ ਜੀ ਸਾਡਾ, ਠੀਕ ਹੈ ਜੀ। ਲੇਬਰ ਵਾਲਿਆਂ ਨਾਲ ਹਜੇ ਕੋਈ ਡਾਲਿਆਂ ਦਾ ਨਿਬੜਿਆ ਨਹੀਂ ਜੀ, ਉਹ ਸਾਰੀ ਜਗ੍ਹਾ ਕੰਮ ਸਟੱਕ ਵਾ ਜੀ। ਹੁਣ ਗੱਡੀ ਵਾਲਾ ਲੱਦ ਕੇ ਖਿਲਾਰਨ ਨੂੰ ਤੁਹਾਨੂੰ ਪਤਾ ਸੀਜ਼ਨ ਹੈਗੀ ਹੈ, ਕੋਈ ਨਹੀਂ ਖਲੋਂਦਾ ਜੀ। ਇਹ ਮੇਰੇ ਇਕੱਲੇ ਦਾ ਕੰਮ ਨਹੀਂ ਆ, ਤੁਸੀਂ ਗੋਦਾਮਾਂ 'ਚ ਜਾ ਸਕਦੇ ਜੇ। ਅੱਜ 4-4 ਦਿਨ ਹੋ ਗਏ ਗੱਡੀਆਂ ਲੱਦ ਕੇ ਖਲੋਤੀਆਂ ਨੂੰ, ਹੋਰਾਂ ਮੰਡੀਆਂ 'ਚੋਂ ਵੀ ਆਈਆਂ ਨੂੰ, ਕਿ ਜਦੋਂ ਤੱਕ ਲੇਬਰ ਦਾ ਡਾਲੇ ਦਾ ਸਾਡਾ ਕੋਈ ਸੈਟਿੰਗ ਹੁੰਦੀ ਨਹੀਂ ਪਈ ਜੀ, ਤਾਂ ਕਰਕੇ ਆ ਜੀ। ਗੱਡੀਆਂ ਵੱਲੋਂ ਕੋਈ ਦਿੱਕਤ ਨਹੀਂ ਸਰ। ਵੇਖੋ, ਮੈਂ ਅੱਜ ਗੱਡੀਆਂ ਲੋਡ ਕਰਨ ਲੱਗਾ ਵਾਂ ਜੀ ਮੰਡੀ ਦੇ ਵਿੱਚੋਂ, ਗੱਡੀਆਂ ਲੱਦ ਦੇਣੀਆਂ ਵਾ ਆਪਾਂ। ਗੱਡੀਆਂ ਜਾ ਕੇ ਬੂਹੇ ਬਾਹਰ ਖਲੋ ਜਾਣਗੀਆਂ, ਜਿਸ ਤਰ੍ਹਾਂ ਬਾਕੀ ਠੇਕੇਦਾਰਾਂ ਦੀਆਂ ਖਲੋਤੀਆਂ ਉਸ ਤਰ੍ਹਾਂ ਮੇਰੀਆਂ ਵੀ ਖਲੋ ਜਾਣਗੀਆਂ ਜੀ।